ਨਿੱਕੀਆਂ ਨਿੱਕੀਆਂ ਲੱਤਾਂ ਮਾਰੀਆਂ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ? ਉਮੀਦ ਕਰਦਾ ਸਭ ਠੀਕ ਠਾਕ ਹੋਣਗੇ। ਦੋਸਤੋ, ਅੱਜ ਤਕਰੀਬਨ ਨਾ ਕੋਈ ਸੋਰੀ ਅੱਜ ਤਕਰੀਬਨ ਕੋਈ ਨਾ ਮੈਨੂੰ 22 ਦਿਨ ਹੋ ਗਿਆ ਇੱਦਾਂ ਹੀ ਪੈਣ ਨੂੰ, ਅਤੇ ਹੁਣ ਮਾਸ਼ਾਅੱਲਾ ਤਬੀਅਤ ਠੀਕ ਆ ਜੀ। ਡ੍ਰਿਪਾਂ ਸ਼ਰਿਪਾਂ ਜਿਹੜੀਆਂ ਲੱਗਦੀਆਂ ਸੀ ਉਹ ਵੀ ਲੱਥ ਹਟੀਆਂ ਵਾ, ਅਤੇ ਜ਼ੈਨਬਸ ਹੋਇਆ ਜਿਹੜੀਆਂ ਵਾ ਇਹ ਗੱਪਾਂ ਮਾਰਨ ਡਈਆਂ ਸੀ ਵਿੱਚ ਇੱਕ ਦੂਸਰੇ ਨਾਲ ਖੇਲਦੀਆਂ ਸੀਗੀਆਂ। ਅਤੇ ਛੋਟਾ ਰਿਹਾਨ ਜਿਹੜਾ ਜੀ ਉਹ ਘਰ ਹੈ ਨਹੀਂ ਗਾ, ਉਹ ਰਹੀਮੀ ਵਰਖਾਂ ਗਿਆ ਹੋਇਆ। ਸਕੂਲ ਤਾਂ ਖੁੱਲ੍ਹੇ ਆ ਉਹਨਾਂ ਦੇ, ਲੇਕਿਨ ਉਹ ਰਹੀਮੀ ਵਰਖਾਂ ਗਿਆ ਹੋਇਆ। ਕਿਆ ਦੇਖ ਰਹੇ ਹੋ ਬੇਟਾ ਜੀ? ਬੈਲ। ਬੈਲ 'ਚ ਕੀ ਆ? ਬਾਬਾ। ਹੋਰ ਕਿਹਦਾ ਮੂੰਹ? ਬਾਬਾ ਦਾ। ਅੱਛਾ, ਜ਼ੈਨ ਫਾਤਮਾ? ਹਾਂਜੀ। ਬਾਬਾ ਤੋਂ ਦਾਸ ਹੋਈ ਸੀ ਮੇਰੀ ਧੀ? ਹਾਂਜੀ। ਕਿੰਨਾ ਕੁ? ਕਿੰਨਾ ਛਾਲਾ? ਨਾ ਛਾਲਾ। ਅੱਛਾ, ਬਾਬਾ ਨੂੰ ਕੀ ਹੋਇਆ ਸੀਗਾ? ਹਾਈ। ਕਿੱਥੇ? ਇੱਥੇ। ਕੀ ਕਰਦੇ ਸੀ? ਹਾਈ ਹੋਈ ਸੀ ਜਦੋਂ? ਮੰਜੇ ਤੇ ਪਏ ਸੀਗੇ। ਅੱਛਾ, ਤੇ ਚਾਚੂ ਸਫਿਆਨ ਕੀ ਕਰਦੇ ਸੀਗੇ? ਨਹੀਂ, ਬਾਬਾ ਦੇ ਇੱਥੇ ਛੂਈ ਲੱਗੀ ਸੀ ਨਾ ਹੱਥ ਤੇ, ਇੱਥੇ ਹੱਥ ਤੇ ਬਾਬਾ ਦੇ ਛੂਈ ਲੱਗੀ ਸੀ ਨਾ ਇਸ ਜਗ੍ਹਾ ਤੇ। ਅੱਛਾ, ਇਹ ਇੱਥੇ ਇੱਥੇ ਛੂਈ ਲੱਗੀ ਸੀ? ਇਸ ਹੱਥ ਛੂਈ ਲੱਗੀ ਸੀ? ਕਿਹੜੇ 'ਚ ਲੱਗੀ ਸੀ? ਇੱਥੇ ਲੱਗੀ ਸੀ। ਅੱਛਾ, ਤਾਂ ਤਕਰੀਬਨ ਨਾ ਜੀ ਮੈਨੂੰ ਵੈਸੇ ਟੀਕੇ ਤੋਂ ਡਰ ਬਹੁਤ ਲੱਗਦਾ, ਅਤੇ ਮੇਰੇ ਉਹ ਕਨੋਲਾ ਬਰਨੋਲਾ ਜਿਹੜਾ ਹੁੰਦਾ ਨਾ ਸੂਈ ਜਿਹੀ, ਮੇਰੇ ਤਕਰੀਬਨ ਕੋਈ 6 ਲੱਗੇ, ਉਹ ਚੱਲਦੇ ਨਹੀਂ ਸੀ ਜ਼ਿਆਦਾ ਦੇਰ, ਫੋਨ ਗਾੜਾ ਜਾਂ ਜੋ ਵੀ ਕਰਕੇ ਨਾ ਮੈਨੂੰ ਇੱਕ ਸੂਈ ਤੋਂ ਬਹੁਤ ਡਰ ਲੱਗਦਾ। ਤਕਰੀਬਨ ਉਹ 6 ਲੱਗੇ ਜੀ, ਅਤੇ ਡੇਲੀ ਦੀਆਂ ਡ੍ਰਿਪਾਂ ਜਿਹੜੀਆਂ 10-12 ਦਿਨ ਤਕਰੀਬਨ ਡੇਲੀ ਡ੍ਰਿਪਾਂ ਲੱਗਦੀਆਂ ਰਹੀਆਂ ਸੁਬਹ ਸ਼ਾਮ, ਫਿਰ ਇੰਜੈਕਸ਼ਨ ਹੁੰਦੇ ਕਰੋਨਾ ਦੇ, ਉਹ ਲੱਗੇ ਤਕਰੀਬਨ ਕੋਈ 7 ਉਹ ਲੱਗੇ। ਡੇਲੀ ਦੇ 2 ਲੱਗਦੇ ਸੀਗੇ, 2 ਦਿਨ ਮੇਰਾ ਖਿਆਲ ਆ ਜਾਂ 3 ਦਿਨ 2-2 ਲੱਗੇ, ਉਹ 300 ml ਡ੍ਰਿਪ 'ਚ ਪਾ ਕੇ। ਉਸ ਤੋਂ ਬਾਅਦ ਫਿਰ 7 ਸੀ ਮੇਰਾ ਖਿਆਲ, 2 ਤੇ 2 4, ਹਾਂ 3 ਦਿਨ ਫਿਰ 1-1 ਲੱਗਾ ਉਹ, ਅਤੇ ਸੈਫੀ ਪਾਈਮ ਇੱਕ ਇੰਜੈਕਸ਼ਨ ਆ, ਸੁਬਹ ਸ਼ਾਮ ਉਹ ਲੱਗਦਾ ਸੀਗਾ, ਨਾਲ ਕੋਈ ਗੋਲੀਆਂ ਵਗੈਰਾ ਜੇ ਵੋ, ਅਤੇ ਬਿਲਕੁਲ ਗਰਮ ਚੀਜ਼ਾਂ ਖਾਧੀਆਂ ਜੀ ਸਾਰਾ ਆਪਣਾ ਤਕਰੀਬਨ ਹੋ ਗਿਆ 20 ਦਿਨ। ਜ਼ਾਇਆ ਦੀਆਂ ਕਹਾਣੀ ਸ਼ੁਰੂ ਹੋ ਗਈ। ਜ਼ਰਾ ਉੱਠ ਕੇ ਬਾਹਰ ਚੱਕਰ ਚੱਕਰ ਲਾ ਕੇ ਆਈਏ ਬਾਹਰ, ਮੁਹੰਮਦ ਹੋਣੀ ਝੋਨਾ ਵੀ ਵੱਢਦੇ ਪਏ। ਤੁਸੀਂ ਕਿੱਥੇ ਜਾਣਾ ਬਾਈ? ਚਲੋ ਆ ਜਾਓ, ਚੱਲੀਏ ਚੱਕਰ ਮਾਰ ਕੇ ਆਈਏ ਬਾਹਰ। ਮੂਸਾ ਮੇਰੇ ਕੋਲ ਚੱਕ ਨਹੀਂ ਹੋਣਾ, ਚਲੋ ਬੇਟਾ ਆਰਾਮ ਆਰਾਮ ਸੇ ਦਰਵਾਜ਼ਾ ਖੋਲੋ। ਚਲੋ 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 ਚਲੋ, ਕਮਜ਼ੋਰੀ ਇੰਨੀ ਜ਼ਿਆਦਾ ਹੋਈ ਹੈ ਨਾ, ਤੁਰਨਾ ਔਖਾ ਹੋਇਆ, ਜ਼ਿਆਦਾ ਸਪੀਡ ਨਾਲ ਮੈਂ ਨਹੀਂ ਤੁਰ ਸਕਦਾ। ਪਿੰਨੀਆਂ ਜਿਹੜੀਆਂ ਨਾ ਇਹ ਜਗ੍ਹਾ ਜਿਹੜੀ ਆ ਇੱਦਾਂ ਜ਼ਿਆਦਾ ਸਾਹ ਹੀ ਨਹੀਂ ਹੁੰਦਾ ਇਹਨਾਂ ਦੇ ਵਿੱਚ। ਹਾਂਜੀ, ਕਿੱਥੇ ਚੱਲੇ ਆ? ਕੀ ਕਰਨ? ਹਾਂਜੀ, ਮੁਹੰਮਦ ਅਲੀ ਹੁਣੀ ਝੋਨਾ ਝਾੜਦੇ ਪਏ ਆ, ਝੋਨਾ ਸੀਗਾ ਆਪਣਾ ਇੱਕ ਸੀਗਾ। ਅੱਛਾ, ਤੁਸੀਂ ਖੇਲੋ ਨਾ ਇੱਥੇ ਬੇਟਾ, ਤੁਸੀਂ ਖੇਲੋ ਇੱਥੇ ਝੋਨਾ। ਤਕਰੀਬਨ ਛੱਤ ਦੇ ਉੱਤੇ ਸਿੱਟੀ ਜਾਂਦੇ ਇੱਥੇ, ਝੋਨੇ ਦਾ ਕਦ ਮਾਸ਼ਾਅੱਲਾ ਬਹੁਤ ਸੀਗਾ, ਲੇਕਿਨ ਡਿੱਗਣ ਦੀ ਵਜ੍ਹਾ ਤੋਂ ਖਰਾਬ ਹੋ ਗਿਆ ਹੈ। ਬਾਕੀ ਜੀ ਜੋ ਨਸੀਬ ਉਹ ਮਿਲ ਹੀ ਜਾਣਾ ਇਨਸ਼ਾਅੱਲਾ। ਅਤੇ ਆ ਕੇ ਇੱਧਰ ਥੋੜ੍ਹੀ ਜਿਹੀ ਜਗ੍ਹਾ ਸੀ, ਕੱਲ੍ਹ ਮੈਂ ਕਦੋਂ ਨੂੰ ਕਿਹਾ ਸੀ, ਮੈਂ ਕਿਹਾ ਹਾਲ ਮਾਰ ਦੇ ਇਹਦੇ ਵਿੱਚ, ਹਾਲ ਹੁਲ ਮਾਰਿਆ ਇੱਥੇ, ਹੁਣ ਸਬਜ਼ੀ ਬੀਜਣੀ ਆਪਾਂ ਇਸ ਜਗ੍ਹਾ ਦੇ ਉੱਤੇ। ਆਹੋ ਜੀ, ਇਹਨਾਂ ਹੁਣ ਸਾਈਕਲ ਬਾਹਰ ਆ ਗਈ, ਆਹ ਮੰਜੀ 'ਤੇ ਮੈਂ ਬਹਿ ਜਾਂਦਾ ਹੁੰਦਾ ਜੀ ਬਾਹਰ ਆਣ ਕੇ, ਅਤੇ ਇੱਥੇ ਬੈਠੇ ਦੇ ਵਿੱਚ ਮੈਂ ਤਕਰੀਬਨ ਜ਼ਿਆਦਾ ਰਿਹਾ ਆਪਣੀ ਬੈਠਕ ਆ ਜੀ। ਕੀ ਤੁਸੀਂ ਕਿੱਧਰ ਆ ਰਹੇ ਹੋ? ਕਿੱਧਰ ਕੀ ਲੱਭਣੀ ਆ? ਖੁਸ਼ਕੀ ਮੇਰੇ ਸਿਰ 'ਚ ਲੱਭਣੀ ਨਾ ਯਾਰ,
ये नाली है पानी वाली, ऐसे कोई नहीं जाऊगा। किला जी हाँ की करन लगी है, साइकिल चला लगी है। दोई दी वीडियो बनती पई भाई, ताड़ी भी बनती पई सर, कुछ बोलो भी तो सही बच फिर वीडियो दे। की बोल दी है की है की दीवार बोल दी है। अच्छा ये जाने फातिमा ये जोया आप ही ओए अगे तुझे डिग पैना उधर ना जाइए अगे। चलो जो है लेके आओ इधर आप ही झूला दो इधर आके आराम ना, अगर रेडी ना तो तुसी ओ झोने जाना अगे। हाँ फिर थोड़ी खैर नहीं गी छोटा कुत्ता डॉगी आ गया हूँ हूँ की बनूंगा, कुछ नहीं कहता कुछ नहीं कहता। निकिया निकिया लत्त मारियाँ अच्छा बड़िया लत्त भी फिर हूँ उ ओ घर नू चला देखा ये रखना मैं डॉगी ये है कितों लाऊंगे इतने बहना यार चट थक हो गया खड़े हो के हैं की चुप चाप करके कौन समझूगा इधर भी थोड़े दोवों को बेटा चलनी नहीं गई है भैया यदा उच्चा हो जाता वा थोड़ा जहा इधर दी घुमा के लैके मैं घुमा लै जाओ ना उधर दूसरे पास आराम से गिर जाओगे इधर लैके आओ ना इतने खेलो बेटा आने इतने खेलो हाँ उधर गेड़ा उत्ते ना नल जाओ यार तुसी डिग पैना वा इदा कर दिया ने की हाँ मम्मा तेरी किन्ने बोरे हो गए अपने झोने ते भला माशाल्लाह डिगे दे हिसाब ना फिर भी ठीक है ना, मैं कह डिगे हुए दे हिसाब ना भी ठीक है माशाल्लाह सोहना वा। हाँ ओ सैकड़ी फस गई है ओ यार शुक्र अल्लाह दा सियालकोट वाले पासे ना गड़े पे गड़े बिल्कुल तबाह खत्म हो गया झोना बिल्कुल। हाँ किदा अच्छा हाँ नहीं अपना माशाल्लाह झोना जड़ा ना जड़ा पहले डिग गया वा ओनू थोड़ा जहा मसला बनया जड़ा हौली हौली डिगया ना वो ठीक है झोना बिल्कुल ओनू कोई मसला नहीं गा। साइकिल बच्च नहीं लियानी पोते इधर हाँ पिछे लै जाओ पिछे लै जाओ पिछे लै जाओ की इधर जाने फातिमा कप्पे कौन लेके आए चाहिए छोने अच्छा बाबा नहीं लेके आते होंगे तू पैडल मार के चलाना तू उदा ही तुरी फिर दी उन्होंने ले फिर दी नाल आह
ਇਹਨੂੰ ਬਿਠਾ ਦਵਾ ਤਾ ਕੱਲੀ ਕੋਲ ਕੋਲ ਚੱਲਦੀ ਨੀਗੀ ਹੈਂ ਤੂੰ ਉੱਚੀ ਬੋਲ ਲਓ ਸਰ ਚਲੋ ਲੈ ਜਾਓ ਘਰ ਹੁਣ ਕਿੱਥੇ ਚੱਲੇ ਆ ਨਹੀਂ ਨਹੀਂ ਘਰ ਨੂੰ ਲੈ ਜਾਓ ਨਾ ਇਹਨੂੰ ਸਾਈਕਲ ਨੂੰ ਹੁਣ ਤੁਸੀਂ ਉਹ ਤੁਹਾਡਾ ਡੋਗੀ ਫਿਰ ਆ ਗਿਆ ਉਧਰੋਂ ਉਹ ਫਿਰਦਾ ਇੱਕ ਜਣੇ ਨੂੰ ਉਤਰਨਾ ਪੈਂਦਾ ਫਿਰ ਧੱਕਾ ਲੱਗਦਾ ਬਸ ਨਾ ਹੁਣ ਘਰ ਨੂੰ ਨੀ ਜਾਣਾ ਹਾਂ ਹਾਂਜੀ ਕੱਲ੍ਹ ਇਹਦਾ ਪਹੀਆ ਲੱਥ ਗਿਆ ਸੀਗਾ ਇੱਕ ਆ ਇੱਥੇ ਨਾ ਇੱਦਾਂ ਹਲ ਵਾਹੁੰਦੀਆਂ ਫਿਰਦੀਆਂ ਸੀ ਮੈਂ ਪਹੀਆ ਕੱਸਿਆ ਕੱਲ੍ਹ ਸ਼ਾਮੀ ਇਹਦਾ ਓਏ ਡਿੱਗ ਪੈ ਗਈ ਉਹ ਅੱਛਾ ਆਪਣਾ ਆਪਣਾ ਨਾਮ ਬਤਾ ਦੋ ਤੁਹਾਨੂੰ ਤੇਰਾ ਨਾਮ ਕੀ ਹੈ ਬਈ ਸੀਧਾ ਪੂਰਾ ਨਾਮ ਅੱਗੇ ਆਪਕਾ ਜੋਇਆ ਆਗੇ ਆਪਕੇ ਕਿੰਨੇ ਭਾਈ ਹੈ ਭਾਈ ਕਿੰਨੇ ਆ ਨਾਮ ਕਿਆ ਉਨਕਾ ਅੱਛਾ ਉੱਚੀ ਬੋਲ ਨਾ ਪੂਰਾ ਸਹੀ ਨਾਮ ਸਿੱਧਾ ਉਹਦਾ ਨਾਮ ਕੀ ਹੈ ਇੱਧਰ ਦੇਖ ਕੇ ਵੱਡੇ ਭਾਈ ਦਾ ਨਾਮ ਕੀ ਹੈ ਪੂਰਾ ਨਾਮ ਪੂਰਾ ਨਾਮ ਦੱਸੋ ਨਾ ਸਹੀ ਅੱਛਾ ਛੋਟੇ ਭਾਈ ਦਾ ਨਾਮ ਔਰ ਇਹ ਆਪੀ ਦਾ ਨਾਮ ਕਿਆ ਅੱਛਾ ਚਲੋ ਬਾਏ ਬਾਏ ਕਰ ਦੋ ਅੱਲਾ ਹਾਫਿਜ਼ ਅੱਲਾ ਹਾਂ ਜੀ ਮੇਰੇ ਕੋਲ ਵੀ ਹੋ ਗਿਆ ਥੱਕ ਹੁਣ ਅਵੇਂ ਘਰ ਜਾ ਕੇ ਤਰ੍ਹਾਂ ਮੰਜੇ 'ਤੇ ਸਕੂਨ ਕਰਨਾ ਵਲੌਗ ਇਨਸ਼ਾਅੱਲਾ ਮੈਂ ਬਣਾਇਆ ਕਰੂੰਗਾ ਅੱਲਾ ਖੈਰ ਕਰੇ ਸਿਹਤ ਸੈੱਟ ਹੋ ਜਾਵੇ ਇਨਸ਼ਾਅੱਲਾ ਡੇਲੀ ਵਲੌਗ ਪਹਿਲੇ ਮੈਨੂੰ ਸਮਝ ਨਹੀਂ ਆਉਂਦੀ ਸੀ ਵਲੌਗ ਬਣਾਉਣਾ ਕਿੱਦਾਂ ਰੋਜ਼ ਰੋਜ਼ ਕਿਹਦੀ ਵੀਡੀਓ ਬਣਾਊਂਗਾ ਮੈਂ ਕੀ ਦਿਖਾਵਾਂ ਤੇਰੀ ਵੀਡੀਓ ਬੇਬੇ ਇੱਧਰ ਵਾਲੀ ਮੈਨੂੰ ਇਜਾਜ਼ਤ ਦਿਓ ਜੀ ਦੁਆਵਾਂ ਯਾਦ ਰੱਖਿਓ ਦੁਆ ਜ਼ਰੂਰ ਕਰਿਓ ਇਨਸ਼ਾਅੱਲਾ ਮੈਂ ਜਲਦੀ ਫਿੱਟ ਹੋ ਜਾਵਾਂ ਅੱਲਾ ਖੈਰ ਕਰੇ ਓਕੇ ਜੀ ਅੱਲਾ ਹਾਫਿਜ਼